ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ, ਜਿਨ੍ਹਾਂ ਨੂੰ ਅਗਵਾ ਕੀਤਾ ਗਿਆ, ਤਸ਼ੱਦਦ ਕੀਤਾ ਗਿਆ, ਆਖਰ ਦੇ ਉੱਤੇ ਕਤਲ ਕਰ ਦਿੱਤਾ ਗਿਆ ਗੋਲੀ ਮਾਰ ਕੇ, ਫਿਰ ਉਹਨਾਂ ਦੀ ਲਾਸ਼ ਦੇ ਟੋਟੇ ਟੋਟੇ ਕਰਕੇ ਸਤਲੁਜ ਦੇ ਦਰਿਆ ਵਿੱਚ ਸੁੱਟੀ ਗਈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ਦੇ ਗਵਾਹਾਂ ਤੋਂ ਆਪਾਂ ਸਭ ਕੁਝ ਸੁਣ ਚੁੱਕੇ ਹਾਂ। ਸੋ ਮੇਰੇ ਹੱਥ ਦੇ ਵਿੱਚ ਆ ਇੱਕ ਦਰਖਾਸਤ ਹੈ, ਜਿਹੜੀ ਦਰਖਾਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਸਾਹਿਬਾਨ ਵੱਲੋਂ ਲਿਖੀ ਗਈ ਹੈ ਅਤੇ SHO ਜਗਰਾਓ ਨੂੰ ਦਿੱਤੀ ਗਈ ਹੈ। ਇਹ ਦਰਖਾਸਤ ਭਾਈ ਗੁਰਦੇਵ ਸਿੰਘ ਕੌਂਕੇ ਦੀ ਪਤਨੀ ਬੀਬੀ ਸਨਮਾਨਯੋਗ ਬੀਬੀ ਗੁਰਮੇਲ ਕੌਰ ਜੀ ਵੱਲੋਂ ਦਿੱਤੀ ਗਈ ਹੈ, ਪਰ ਇਸ ਦਰਖਾਸਤ ਨੂੰ ਲਿਖਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਹਨ। ਇਸ ਸੰਬੰਧੀ ਮੈਂ ਬਹੁਤ ਇੰਪੋਰਟੈਂਟ ਨੁਕਤਾ ਪੂਰੀ ਕੌਮ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਇਸ ਦਰਖਾਸਤ ਦੇ ਵਿੱਚ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਪੂਰਾ ਵੇਰਵਾ ਦਿੱਤਾ ਗਿਆ। 21 ਬੰਦਿਆਂ ਦੇ ਨਾਮ ਨੇ, ਜਿਹਦੇ ਵਿੱਚ ਸਰਬਜੀਤ ਸਿੰਘ ਫਾਰਮਰ DGP ਪੰਜਾਬ, ਸਰਬਦੀਪ ਸਿੰਘ ਵਿਰਕ ਫਾਰਮਰ DGP, ਸਵਰਨ ਸਿੰਘ ਘੋਟਨਾ ਫਾਰਮਰ SSP ਜਗਰਾਓ ਸਮੇਤ ਟੋਟਲ 21 ਬੰਦਿਆਂ ਦੇ ਨਾਮ ਦਿੱਤੇ ਗਏ ਹਨ। ਪਰ ਬੜੀ ਹੈਰਾਨਗੀ ਹੁੰਦੀ ਹੈ ਇਸ ਸਾਰੀ ਦਰਖਾਸਤ ਨੂੰ ਪੜ੍ਹਦੇ ਹਾਂ ਕਿ ਇਹਦੇ ਵਿੱਚ ਸੁਮੇਧ ਸੈਣੀ ਦਾ ਨਾਮ ਨਹੀਂ ਲਿਖਿਆ ਗਿਆ। ਜਿਸ ਸੁਮੇਧ ਸੈਣੀ ਦਾ ਜ਼ਿਕਰ ਪਰਿਵਾਰ ਦੇ ਮੈਂਬਰਾਂ ਨੇ ਵੱਖ ਵੱਖ ਇੰਟਰਵਿਊਜ਼ ਦੇ ਵਿੱਚ ਕੀਤਾ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਮੇਧ ਸੈਣੀ ਉਹ ਬੁੱਚੜ ਹੈ ਜਿਹਨੇ ਸਿਗਰਟ ਦਾ ਧੂੰਆਂ ਸਿੰਘ ਸਾਹਿਬ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਦੇ ਮੂੰਹ ਤੇ ਛੱਡਿਆ ਸੀ ਅਤੇ ਕੋਲ ਖੜਕੇ ਜੀ ਨੇ ਟੌਰਚਰ ਕਰਵਾਇਆ ਸੀ। ਸੋ ਮੇਰਾ ਇਹ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਕਿ ਜਿਹੜਾ ਤੁਸੀਂ ਇਹ ਤੁਹਾਡੇ ਵਕੀਲ ਸਾਹਿਬਾਨ ਨੇ, ਕਿਉਂਕਿ ਜਦੋਂ ਇਹ ਦਰਖਾਸਤ ਦਿੱਤੀ ਗਈ ਹੈ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਗੁਰਵਚਨ ਸਿੰਘ ਗਰੇਵਾਲ, ਸਿਆਲਕਾ ਸਾਹਿਬ, ਹੋਰ ਕਈ ਸੀਨੀਅਰ ਆਗੂ ਸ਼੍ਰੋਮਣੀ ਕਮੇਟੀ ਦੇ ਉੱਥੇ ਮੌਜੂਦ ਸੀਗੇ, ਵੀ ਜਿਹੜਾ ਤੁਸੀਂ ਆ DGP ਸੁਮੇਧ ਸੈਣੀ ਦਾ ਨਾਮ ਇਹਦੇ ਵਿੱਚ ਦਰਜ ਨਹੀਂ ਕੀਤਾ, ਇਹ ਕੋਈ ਮਿਸਟੇਕ ਹੋਈ ਹੈ ਤੁਹਾਡੇ ਤੋਂ, ਜਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇੱਕ ਵਾਰੀ ਫੇਰ ਗੁੱਚੜ ਸੁਮੇਧ ਸੈਣੀ ਦੇ ਨਾਲ ਇਹ ਜਾਰੀ ਨਿਭਾਈ ਗਈ ਹੈ? ਇਹਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਹੈ ਜਿਹੜਾ ਸਪਸ਼ਟ ਰੱਖਣਾ ਚਾਹੀਦਾ। ਇਹ ਮੈਂ ਕੌਮ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਸੀ ਕਿ ਅੱਜ ਫਿਰ ਜਿਸ ਬੁੱਚੜ ਨੂੰ ਆਪਣੇ ਰਾਜ ਦੇ ਵਿੱਚ DGP ਲਾਇਆ, ਇਜ਼ਹਾਰ ਆਲਮ ਜਿਹਨੇ ਆਲਮ ਸੈਨਾ ਬਣਾ ਕੇ ਸਾਡੇ ਬੇਕਸੂਰ ਸਿੱਖਾਂ ਦੇ ਕਤਲ ਕੀਤੇ ਸੀ, ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾ ਕੇ ਰੱਖਿਆ, ਉਹਦੀ ਪਤਨੀ ਨੂੰ MLA ਬਣਾਇਆ, ਅੱਜ ਉਹੀ ਬਾਦਲ ਗਰੁੱਪ ਇੱਕ ਵਾਰ ਫੇਰ ਮੈਨੂੰ ਲੱਗ ਰਿਹਾ ਕਿ ਜਿਵੇਂ ਸੁਮੇਧ ਸੈਣੀ ਦੇ ਹੱਕ ਵਿੱਚ ਭੁਗਤ ਰਿਹਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ। ਇੱਕ ਪਾਸੇ ਇਹ ਪੰਥਕ ਏਕਤਾ ਦੀਆਂ ਗੱਲਾਂ ਕਰਦੇ ਆ, ਦੂਜੇ ਪਾਸੇ ਇਹ ਗੁੱਚੜਾਂ ਨਾਲ ਸਾਂਝਾ ਰੱਖਦੇ ਆ। ਇਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਨੂੰ ਆਪਣਾ ਪੱਖ ਕੌਮ ਦੇ ਸਾਹਮਣੇ ਸਪਸ਼ਟ ਕਰਨਾ ਚਾਹੀਦਾ ਕਿ ਜਿਹੜੀ ਆ ਦਰਖਾਸਤ ਤੁਸੀਂ ਲਿਖੀ ਹੈ ਇਹਦੇ ਵਿੱਚ ਜਿਹੜਾ ਸੁਮੇਧ ਸੈਣੀ ਦਾ ਨਾਮ ਨਹੀਂ ਆ ਰਿਹਾ, ਇਹ ਕੋਈ ਮਿਸਟੇਕ ਹੋਈ ਹੈ ਜਾਂ ਫਿਰ
ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਭ ਕੁਝ ਹੋਇਆ। ਇਹ ਸਾਰੀ ਕੌਮ ਨੂੰ ਇਹਨਾਂ ਤੋਂ ਜ਼ਰੂਰ ਜਵਾਬ ਲੈਣਾ ਚਾਹੀਦਾ ਤੇ ਇਹਨਾਂ ਨੂੰ ਆਪਣਾ ਪੱਖ ਦੱਸਣਾ ਚਾਹੀਦਾ। ਭੁੱਲਾਂ ਚੁੱਕਾਂ ਲਈ ਮਾਫੀ ਚਾਹਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।